ਸਫ਼ਰ ਦੀ ਸ਼ੁਰੂਆਤ ਦੇ ਵਿੱਚ ਹੀ ਅਮਰਿੰਦਰ ਭਾਅ ਜੀ ਜੁੜ ਗਏ ਸੀਗੇ। ਅੱਛਾ, ਮੈਂ ਭਾਅ ਜੀ ਨੂੰ ਪਰਸਨਲੀ ਉਦੋਂ ਸਾਡੀ ਕਦੀ ਗੱਲਬਾਤ ਨਹੀਂ ਹੋਈ ਸੀਗੀ, ਪਰ ਭਾਅ ਜੀ ਕਿਤੇ ਬਾਹਰ ਬੈਠਿਆਂ ਇਹਨਾਂ ਨੂੰ ਉਹ ਗਾਣਾ ਪਹੁੰਚਿਆ ਤਾਂ ਪਸੰਦ ਆਇਆ ਤਾਂ ਭਾਅ ਜੀ ਨੇ ਰੈਂਡਮਲੀ ਇੱਦਾਂ ਸ਼ੇਅਰ ਕਰਤਾ। ਉਹਨਾਂ ਤੱਕ ਅਮਰਿੰਦਰ ਗਿੱਲ ਤੱਕ ਪਹੁੰਚਿਆ ਕਿਵੇਂ? ਇਹ ਅੱਜ ਤੱਕ ਮੈਨੂੰ ਵੀ ਨਹੀਂ ਪਤਾ ਵੀ ਕਿੱਦਾਂ ਪਹੁੰਚਿਆ। ਕਿੰਨੇ ਵਰੇ ਪਹਿਲਾਂ ਦੀ ਗੱਲ ਹੈ? ਇਹ 2013-14 ਦੀ ਗੱਲ ਹੈ। ਤੁਸੀਂ ਪੁੱਛਿਆ ਉਹਨਾਂ ਨੂੰ? ਨਹੀਂ, ਮੈਂ ਵੀ ਨਹੀਂ ਪੁੱਛਿਆ। ਮੈਂ ਚੀਜ਼ਾਂ ਨੂੰ ਫੜਦਾ ਨਹੀਂ ਹੁੰਦਾ, ਜਿਹੜੀ ਚੀਜ਼ ਪਹੁੰਚ ਗਈ ਠੀਕ ਹੈ ਉਹਦਾ ਸਵਾਦ ਲਓ, ਐਵੇਂ ਉਹਦਾ ਪਿਛੋਕੜ ਫੁੱਲੀ ਜਾਣਾ ਵੀ ਹੁਣ ਕੀ ਨਿਕਲੂਗਾ। ਫਿਰ ਅਮਰਿੰਦਰ ਭਾਈ ਸੋਚੇ ਆਈ ਥਿੰਕ ਉਹ ਮੈਂ ਇੱਥੇ ਜ਼ੋਰ ਲਾ ਰਿਹਾ ਸੀਗਾ ਉਹ ਗਾਣਾ ਸ਼ੇਅਰ ਕਰਾਉਣ ਨੂੰ, ਪਰ ਜਦੋਂ ਸਿੱਧਾ ਹੀ ਅਮਰਿੰਦਰ ਭਾਜੀ ਮਤਲਬ ਇੰਡਸਟਰੀ ਦਾ ਉਹ ਚਿਹਰਾ ਇੰਨਾ ਵੱਡਾ ਸਟਾਰ ਹੈ ਨਾ, ਉਹ ਸ਼ੇਅਰ ਕਰਦੇ ਨੇ ਤੁਹਾਡੇ ਗਾਣੇ ਨੂੰ, ਤਾਂ ਫਿਰ ਤੁਹਾਨੂੰ ਐਂ ਲੱਗਦਾ ਵੀ ਹਾਂ ਹੁਣ ਮੇਰੀ ਸੁਣੀ ਗਈ ਜਿੱਦਾਂ, ਹੈ ਨਾ। ਤਾਂ ਉਹ ਭਾਜੀ ਨੇ ਗਾਣਾ ਸ਼ੇਅਰ ਕੀਤਾ, ਉਸ ਤੋਂ ਬਾਅਦ 'ਚ ਉਹ ਗਾਣਾ ਵੀ ਕਾਫੀ ਵਧੀਆ ਰਿਹਾ ਉਹਨਾਂ ਦਿਨਾਂ ਦੇ ਵਿੱਚ, ਇੰਗਲੈਂਡ ਦੇ ਵਿੱਚ ਕਾਫੀ ਉਹ ਗਾਣਾ ਪ੍ਰਚਲਿਤ ਹੋਇਆ, ਅਤੇ ਉੱਥੋਂ ਇੱਕ ਨਾ ਭਾਅ ਜੀ ਦੇ ਪ੍ਰਤੀ ਇੱਕ ਮਨ ਦੇ ਵਿੱਚ ਜਿੱਦਾਂ ਬਣ ਗਿਆ ਸੀਗਾ ਖਿਆਲ ਵੀ ਹੁਣ ਮਿਲਣਾ ਭਾਅ ਜੀ ਨੂੰ, ਕਿ ਜਿਹੜਾ ਬੰਦਾ ਰੈਂਡਮਲੀ ਇੱਦਾਂ ਸਿਰਫ ਚੀਜ਼ ਨੂੰ ਸੋਹਣਾ ਦੇਖ ਕੇ ਸ਼ੇਅਰ ਕਰ ਰਿਹਾ ਤਾਂ ਉਹਦਾ ਮਨ ਬਹੁਤ ਸੋਹਣਾ ਹੋਊਗਾ। ਉਹ ਫਿਰ ਕੁਛ ਕੁ ਸਾਲਾਂ ਦੇ ਵਿੱਚ ਸਾਡੀ ਮੁਲਾਕਾਤ ਹੋ ਗਈ ਸੀਗੀ। ਅੱਛਾ, ਹਾਂਜੀ। ਅਤੇ ਪਹਿਲੀ ਮੁਲਾਕਾਤ ਚੇਤੇ ਆ ਉਹਨਾਂ ਨਾਲ? ਅੰਗਰੇਜ਼ ਫਿਲਮ ਦਾ ਕੰਮ ਚੱਲ ਰਿਹਾ ਸੀਗਾ ਜੀ, ਉਦੋਂ ਪੋਸਟਰ ਦਾ ਕੰਮ ਚੱਲ ਰਿਹਾ ਸੀਗਾ, ਉਦੋਂ ਅੰਮ੍ਰਿਤਸਰ ਦੇ ਇੱਕ ਹੋਟਲ 'ਚ ਸਾਡੀ ਮੁਲਾਕਾਤ ਹੋਈ ਸੀਗੀ। ਬਹੁਤ ਹੋਈ। ਅਤੇ ਬਾਈ ਜੀ ਫਿਰ ਤੁਸੀਂ ਪੱਕੇ ਤੌਰ ਦੇ ਉੱਤੇ ਇੱਕ ਟੀਮ ਦੇ ਸਾਰੇ ਜਣੇ ਮੈਂਬਰ ਬਣ ਗਏ, ਸਭ ਤੋਂ ਵੱਡੀ ਅਹਿਮੀਅਤ ਟੀਮ ਦੀ ਹੁੰਦੀ ਹੈ ਵੀ ਤੁਹਾਨੂੰ ਕੰਨੋਂ ਫੜ ਕੇ ਬਿਠਾ ਸਕਦੇ ਆ, ਕਾਕਾ ਇੱਥੇ ਆਹ ਕੀ ਕਰ ਰਿਹਾ ਤੂੰ। ਅਮਰਿੰਦਰ ਭਾਅ ਜੀ, ਕਾਰਜ ਭਾਅ ਜੀ ਦੀ ਖਾਸੀਅਤ ਇਹ ਹੈ ਕਿ ਉਹਨਾਂ ਨੇ ਕਦੀ ਮੈਨੂੰ ਡੱਕਿਆ ਰੋਕਿਆ ਨਹੀਂ ਵੀ ਤੂੰ ਆਹ ਚੀਜ਼ ਕਿਉਂ ਕਰ ਰਿਹਾ ਜਾਂ ਫਲਾਣੇ ਬੰਦੇ ਨਾਲ ਕੰਮ ਨਹੀਂ ਕਰਨਾ, ਇੱਧਰ ਨਹੀਂ ਕਰਨਾ। ਹਮੇਸ਼ਾ ਆਖਿਆ ਕਿ ਜਿੰਨਾ ਐਕਸਪਲੋਰ ਕਰ ਸਕਦੇ ਹਾਂ ਉਹਨਾਂ ਕਰੋ, ਤੁਸੀਂ ਵੱਡੇ ਹੁੰਦੇ ਆ ਤਾਂ ਟੀਮ ਵੀ ਵੱਡੀ ਹੁੰਦੀ ਆ। ਇਹ ਸਾਡੀ ਟੀਮ ਦੀ ਬਹੁਤ ਖਾਸੀਅਤ ਰਹੀ ਆ, ਚਾਹੇ ਉਹ ਮੈਨੂੰ ਲੈ ਕੇ ਹੋਵੇ ਚਾਹੇ ਗੁਰਸ਼ਬਦ ਭਾਅ ਜੀ ਨੂੰ ਲੈ ਕੇ ਹੋਵੇ, ਪਰ ਜਦੋਂ ਵੀ ਉਹਨਾਂ ਨੂੰ ਲੱਗਾ ਕਿ ਆ ਪਿੱਛੇ ਜਿਹੇ ਇੱਕ ਗਾਣਾ ਅਸੀਂ ਕਰ ਰਹੇ ਸੀਗੇ ਤਾਂ ਉਹ ਭਾਅ ਜੀ ਅਮਰਿੰਦਰ ਨੇ ਪ੍ਰੋਪਰਲੀ, ਮੈਂ ਜਦੋਂ ਗਾਣਾ ਉਹਨਾਂ ਨੂੰ ਸੁਣਾਇਆ ਤਾਂ ਉਹਨਾਂ ਨੇ ਕਿਹਾ ਕਿ ਆਹ ਚੀਜ਼ਾਂ ਸੈੱਟ ਕਰ ਲਾ ਯਾਰ, ਇਹ ਨਹੀਂ ਠੀਕ ਲੱਗ ਰਹੀਆਂ ਹੈਗੀਆਂ, ਸਾਊਂਡ ਨਹੀਂ ਠੀਕ ਹੈਗਾ ਜਾਂ ਆਹ ਚੀਜ਼ ਨਹੀਂ ਠੀਕ ਹੈਗੀ, ਹੈ ਨਾ। ਉਹ ਕ੍ਰਿਟਿਕਸ ਬਹੁਤ ਸੋਲਿਡ ਨੇ ਜੀ ਸਾਡੇ, ਤਾਂ ਉਹਨਾਂ ਦਾ ਉਹ ਪਿਆਰ ਜਿਹੜਾ ਸਾਨੂੰ ਮਿਲਦਾ ਇਸ ਰੂਪ ਦੇ ਵਿੱਚ, ਉਹਦੇ ਲਈ ਉਹ ਟੀਮ ਦੀ ਸਭ ਤੋਂ ਵੱਡੀ ਰੀੜ ਹੁੰਦੀ ਹੈ ਜੀ। ਜੀ, ਅਤੇ ਮੈਨੂੰ ਲੱਗਦਾ ਕਿ ਜਦੋਂ ਚੰਗੀ ਸੋਚ ਲੈ ਕੇ ਚੱਲੋ ਅਤੇ ਉਦੋਂ ਆਪਣੇ ਆਪ ਹੀ ਚੰਗੀ ਸੋਚ ਵਾਲੇ ਜਦੋਂ ਨਾਲ ਜੁੜ ਜਾਣ ਤਾਂ ਫਿਰ ਟੀਮ ਹੋਰ ਜ਼ਿਆਦਾ ਸਟਰੋਂਗ ਹੋ ਜਾਂਦੀ ਹੈ। ਮੈਂ ਓਨੈਸਟਲੀ ਗੱਲ ਕਹਿੰਦਾ ਹਾਂ ਭੈਣ ਜੀ, ਮੈਂ ਭਾਅ ਜੀ ਕਾਰਜ ਅਤੇ ਅਮਰਿੰਦਰ ਭਾਅ ਜੀ ਨਾਲ ਨਾ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਆ, ਜੇ ਮੈਂ ਇੱਕ ਗੀਤਕਾਰ ਜਾਂ ਇੱਕ ਗਾਇਕ ਨਾ ਹੋਵਾਂ ਜਾਂ ਅੱਜ ਮੈਨੂੰ ਗਾਉਣਾ ਭੁੱਲ ਜਾਵੇ ਜਾਂ ਲਿਖਣਾ ਭੁੱਲ ਜਾਵੇ ਤਾਂ ਮੇਰਾ ਕੋਈ ਥਾਂ ਹੈਗਾ ਤੁਹਾਡੀ ਜ਼ਿੰਦਗੀ ਦੇ ਵਿੱਚ, ਹੈ ਨਾ। ਕਿਉਂਕਿ ਇਹ ਤਾਂ ਉਹਦੀ ਦੇਣ ਆ, ਕਿੱਦਣ ਖੋਲੇ ਕੁਛ ਨਹੀਂ ਪਤਾ ਤੁਹਾਨੂੰ, ਹੈ ਨਾ। ਤਾਂ ਭਾਅ ਜੀ ਨੇ ਇੰਨਾ ਸਿਰਫ ਇੰਨਾ ਕਿਹਾ ਹੱਟ ਕਮਲਾ, ਉਹਨਾਂ ਦੇ ਕਮਲਾ ਕਹਿਣ ਦੇ ਵਿੱਚ ਹੀ ਸਾਰਾ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਭਾਅ ਜੀ ਨੇ ਕੀ ਕਿਹਾ, ਹੈ ਨਾ। ਸੋ ਇਹ ਟੀਮ ਇੱਦਾਂ ਦੀ ਹੈ ਜਿਹੜੀ ਕੰਮ ਕਰਕੇ ਨਹੀਂ ਜੁੜੀ ਹੋਈ, ਜਿਹੜੀ ਵੈਸੇ ਹੀ ਪਰਿਵਾਰ ਹੈ। ਬਹੁਤ ਖੂਬ ਕੰਮ ਅਸੀਂ ਕਿਸੇ ਵੀ ਟੀਮ 'ਚ ਕਰ ਲਈਏ, ਕਿਤੇ ਵੀ ਜਾ ਕੇ, ਹੁਣ ਬਾਹਰ ਵੀ ਫਿਲਮਾਂ ਕਰ ਰਿਹਾ ਮੈਂ, ਪਰ ਜੋ ਪਿਆਰ ਟੀਮ ਦੇ ਵਿੱਚ ਹੈਗਾ, ਜੋ ਆਪਣੇ ਘਰ 'ਚ ਸਵਾਦ ਹੁੰਦਾ, ਘਰ 'ਚ ਹੀ ਹੁੰਦਾ। ਬਹੁਤ ਖੂਬ। ਅਤੇ ਮੈਂ ਵੀ ਹੁਣ ਆਪਣੇ ਮਾਲਕਾਂ ਨੂੰ ਇਹ ਗੱਲ ਕਹਿਣੀ ਹੈ ਵੀ ਮੈਨੂੰ ਵੀ ਕਿਸੇ ਦਿਨ ਕਹੋ ਹੱਟ ਕਮਲਾ, ਜੇ ਮੈਂ ਚੱਜ ਦਾ ਵਿਚਾਰ ਤੇ ਖਬਰ ਦੀ ਖਬਰ ਨਾ ਕਰਾਂ ਤਾਂ ਫਿਰ ਕੋਈ ਅਹਿਮੀਅਤ ਹੈਗੀ ਹੈ? ਉਹਨਾਂ ਕੋਲ ਹੱਟ ਕਮਲਾ। ਕੀ ਬਾਤ ਹੈ।